2 बजे, ठीक 2 बजे राती दो बंदे लाके साढ़े फायर किया वा, 4 फायर होए। आ फायर मारिया, दूजा फायर उन्होंने आ मारिया, इतने अंदर अं काम करते होंगे, 2 इंच गोली इधर 19 अंदर चल जानी। आखो तो असं मौके पर पहुंचे सी, तफ्तीश जारी है, कैमरे के सीसीटीवी कैमरे फुटेज जी चेक की जा रही है। फतेह सिंह कलोनी के रहने वाले हैं। की नाम है? मेरा नाम काजल है। की घटना हुई? राती साढ़े नाल बड़ी बुरी घटना हुई, राती 2 बजे, ठीक 2 बजे राती दो बंदे लाके साढ़े फायर किया वा, 4 फायर होए है। दरवाजे फिर असी उठे, आपां कहा भी मेरा हसबैंड कहिंदे के भी पटाके, मैं कहा नहीं गोलियां वा। दुश्मनी तुहाडी किसे नाल जां की? ऐ मुंडे दे सोहरे दा झगड़ा चलदा पिया सी, ओह पैसे मंग तलाक मंगदी भी सी, 6 लाख कोई कदी कवे 8 लाख रुपए चाहिए जी। महीने बाद कुड़ी लै जाती सी, जे मेरा बेटा रोकता सीगा तो फिर लड़ाई पाती सी, धमकियां देंदे सी, असी आ कर देंगे, असी वह कर देंगे। अगे भी उन्होंने कृपाना चला के गए सी। किन्हां वल्लों चलाईआं गईआं गोलियां तुहानूं की लगदा? असी तो उन्हें यो कहने भी कि उन्हें सोहरिया वालों ही सानू हैगा वा, पूरा डाउट हैगा वा। हाँ जी, सीसीटीवी आई सामने? हाँ जी। तो ਉਹਦੇ ਵਿੱਚ ਕੌਣ ਆਏ ਬੰਦੇ ਤੁਸੀਂ ਦੇਖੇ ਹੀ ਹੋਣਗੇ? ਨਹੀਂ ਅਸੀਂ ਉਹਨਾਂ ਨੂੰ ਪਛਾਣਦੇ ਤਾਂ ਨਹੀਂ ਬੰਦਿਆਂ ਨੂੰ, ਤੇ ਬੰਦੇ ਕੋਈ ਹੋਰ ਹੀ ਹੈ, ਓਪਰੇ ਜਿਹੇ ਲੱਗਦੇ ਸੀ। ਤੇ ਪੁਲਿਸ ਕੰਪਲੇਂਟ ਕੀਤੀ? ਹਾਂ ਜੀ, ਉਸੇ ਹਾਂ ਜੀ ਪੁਲਿਸ ਤਾਂ ਉਸੇ ਵੇਲੇ ਆ ਗਏ ਸੀ। ਕੀ ਮੰਗ ਕੀ ਕਰਦੇ ਨੇ? ਉਹ ਮੰਗ ਕਰਦੇ ਆ ਇਹੀ ਤਲਾਕ ਦੀ। ਨਹੀਂ ਤੁਸੀਂ ਮੰਗ ਕੀ ਕਰਦੇ ਹੋ? ਅਸੀਂ ਘਰ ਵਸਾਉਣ ਦੀ ਕਰਦੇ ਆ, ਵੀ ਆਪਾਂ ਵਸਾਉਣੀ ਵਸਾਉਣੀ ਹੈ। ਇਹ ਜਿਹੜੀ ਗੋਲੀਆਂ ਚੱਲੀਆਂ ਰਾਤੀ, ਅਸੀਂ ਕਹਿੰਦੇ ਵੀ ਕਾਰਵਾਈ ਪੂਰੀ ਕੀਤੀ ਜਾਵੇ, ਵੀ ਸਾਡੀ ਜਾਨ ਨੂੰ ਖਤਰਾ, ਜਿਵੇਂ ਕਿ ਮੇਰੇ ਬੇਟਾ ਵੀ ਕੰਮ 'ਤੇ ਜਾਂਦਾ ਵਾ, ਬੇਟੀ ਵੀ ਜਾਂਦੀ ਆ, ਛੋਟਾ ਬੇਟਾ ਪੜ੍ਹਦਾ ਵਾ, ਹਸਬੈਂਡ ਵੀ ਮੇਰੇ ਦੂਰੋਂ ਆਉਂਦੇ ਤਰਨ ਤਾਰਨ ਸ਼ੋਪ ਉਹਨਾਂ ਦੀ ਉੱਥੇ, ਅਤੇ ਸਾਨੂੰ ਇਹ ਡਰ ਆ ਵੀ ਕੁਛ ਵੀ ਹੋ ਸਕਦਾ ਵਾ, ਸਾਨੂੰ ਪੂਰੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਖਿਲਾਫ਼। ਇਹੀ ਆ ਵੀ ਸਹੁਰੇ ਮੇਰੇ ਨਾਲ ਲਾਗਤ ਬਾਜੀ ਹੈਗੀ, ਉਹਨਾਂ ਨਾਲ ਮੇਰਾ ਝਗੜਾ, ਘਰ ਦੀ ਮੇਰੀ ਨਿਵਸਣ ਨਹੀਂ ਦਿੰਦੀ ਸੱਸ ਮੇਰੀ, ਅਤੇ ਰਾਤੀ ਆਏ ਆ 2 ਵਜੇ ਗੋਲੀਆਂ ਚਲਾ ਕੇ ਤੁਹਾਡੇ ਸਾਹਮਣੇ, ਸੀਸੀਟੀਵੀ ਸਾਰਾ ਕੁਝ ਰਿਕਾਰਡ ਹੋਇਆ। ਅਤੇ ਤੁਹਾਡੇ ਸਹੁਰੇ ਪਰਿਵਾਰ 'ਚੋਂ ਹੀ ਬੰਦੇ? ਇਹ ਬੰਦੇ ਨਹੀਂ ਆਪਾਂ ਪਛਾਣਦੇ, ਬਾਕੀ ਝਗੜਾ ਸਾਡਾ ਉਹਨਾਂ ਨਾਲ ਹੀ ਆ। ਤੁਹਾਨੂੰ ਡਾਊਟ ਹੈ ਕਿ ਤੁਹਾਡੇ ਸਹੁਰੇ ਪਰਿਵਾਰ? ਡਾਊਟ ਕੀ, ਪੂਰੀ ਕਲੀਅਰੈਂਸ ਉਹੀ ਨੇ। ਤੁਹਾਨੂੰ ਕਲੀਅਰ ਆ ਕਿ ਉਹਨਾਂ ਨੇ ਚਲਾਇਆ? ਹਾਂਜੀ, ਇੱਕ ਬੰਦੇ ਸੀਸੀਟੀਵੀ ਆਈ ਆ, ਤੁਸੀਂ ਕਹਿੰਦੇ ਬੰਦੇ ਅਸੀਂ ਪਹਿਚਾਣ ਨਹੀਂ ਪਾਉਂਦੇ ਪਏ, ਤਾਂ ਤੁਹਾਨੂੰ ਕਿੱਦਾਂ ਪਤਾ ਕਿ ਤੁਹਾਡੇ ਸਹੁਰੇ ਪਰਿਵਾਰ? ਝਗੜਾ ਤਾਂ ਉਹਨਾਂ ਨਾਲ ਚੱਲਣ ਦਿਆ ਨਾ ਮਹਾਰਾਜ। ਹਾਂਜੀ, ਹੋਰ ਸਾਡੀ ਮਹੱਲਾ ਗਵਾਹ ਵਾ, 7-8 ਸਾਲ ਸਾਨੂੰ ਹੋ ਗਏ, ਕਦੀ ਇੱਦਾਂ ਦਾ ਸਾਡੇ ਨਾਲ ਕਿ ਕਿਸੇ ਨਾਲ ਨਹੀਂ ਚਾਂਸ ਹੋਇਆ ਗੋਲੀਆਂ ਦਾ, ਸਿਰਫ ਜ਼ਿਆਦਾ ਝਗੜਾ ਚੱਲਣ ਦਾ ਉੱਦਾਂ ਹੀ ਹੋਇਆ, ਬਾਕੀ ਸਾਰੇ ਮਹੱਲੇ ਸਾਈਨ ਆ ਗਏ, ਕੋਈ ਇੱਦਾਂ ਦਾ ਚਾਂਸ ਨਹੀਂ ਹੋਇਆ, ਨਾ ਅਸੀਂ ਕਦੀ ਕਿਸੇ ਨਾਲ ਲੜੇ ਹਾਂ, ਭਾਵੇਂ ਮਹੱਲਾ ਗਵਾਹ ਸਾਰੇ ਪੁੱਛ। ਕਿੰਨੀ ਦੇਰ ਤੋਂ ਚੱਲਦਾ ਪਿਆ ਤੁਹਾਡਾ? ਇਹ ਹੋ ਗਿਆ 13 ਮੇਰੇ ਖਿਆਲ 13 ਫਰਵਰੀ ਤੋਂ ਹੋਇਆ, ਆਪਾਂ ਘੀਮਾ ਵਾਲੀ ਕੰਪਲੇਂਟ ਦਿੱਤੀ ਸੀ ਉਹਦੀ ਸਾਰੀ, ਅਤੇ ਰਾਤੀ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਕਿੰਨੇ ਫਾਇਰ ਨਿਕਲੇ? ਫਾਇਰ ਕਿਹੜੇ? ਫਾਇਰ 4 ਖੋਲ ਪੁਲਿਸ ਵਾਲਿਆਂ ਕੋਲ, ਅਤੇ ਬਾਕੀ ਮਾਰ ਕੇ ਕਿਤੇ ਤੁਸੀਂ ਚੈੱਕ ਕਰ ਲਓ। ਕੀ ਹੁਣ ਮੰਗ ਕੀ ਕਰਦੇ? ਮੰਗ ਇਹੀ ਆ ਵੀ ਆਪਾਂ ਇੱਕ ਤਾਂ ਘਰ ਵਸਾਉਣਾ, ਇੱਕ ਉਹਨਾਂ ਦੀ ਕਾਰਵਾਈ ਦਿੱਤੀ, ਕਿਉਂਕਿ ਮੈਂ ਵੀ ਕੰਮ 'ਤੇ ਜਾਣਾ ਹੁੰਦਾ, ਭੈਣ ਮੇਰੀ ਨੇ, ਡੈਡੀ ਮੇਰੇ ਨੇ ਵੀ, ਛੋਟੇ ਭਰਾ ਨੇ ਸਕੂਲੇ, ਮੰਮੀ ਵੀ ਬਾਹਰ ਜਾਂਦੇ, ਸਾਨੂੰ ਕੁਛ ਵੀ ਜੇ ਅੱਧੀ ਰਾਤ ਸੁੱਤੇ ਪਏ ਨੂੰ ਗੋਲੀਆਂ ਚਲਾ ਸਕਦੇ, ਸਾਨੂੰ ਜਾਨੋਂ ਵੀ ਕਿਤੇ ਮਾਰ ਸਕਦੇ ਆ, ਅਸੀਂ ਘਰ ਕਿੰਨੇ ਕੁ ਜਾਣੇ ਜੀ ਹੈਗੇ, ਇੱਕ ਅੱਧਾ ਵੀ ਮਰ ਜਾਏ ਤਾਂ ਅਸੀਂ ਕਿੱਥੇ ਜਾਣਾ ਬਾਹਰ? ਪਿਓ ਮੇਰਾ ਇੱਥੇ ਕੰਮ ਕਰਦਾ ਹੁੰਦਾ, ਉਹਨਾਂ ਨੂੰ ਪਤਾ ਵੀ ਆ ਵੀ ਇੱਥੇ ਕੰਮ, ਇੱਥੇ ਸਪੈਸ਼ਲ ਉਹਨਾਂ ਨੇ ਗੋਲੀਆਂ ਚਲਾਈਆਂ, ਸਾਡੇ ਘਰ 'ਚ ਇੱਕੋ ਤਾਂ ਬੰਦੇ ਜੇ, ਬਹੁਤ ਖਤਰਾ ਹੈਗਾ ਸਾਨੂੰ। ਗੋਲੀ ਚੱਲੀ ਰਾਤ, ਅਤੇ ਅਸੀਂ ਮੌਕੇ 'ਤੇ ਪਹੁੰਚੇ ਸੀ, ਤਫਤੀਸ਼ ਜਾਰੀ ਹੈ, ਕੈਮਰੇ ਦੇ ਵਿੱਚ ਸੀਸੀਟੀਵੀ ਕੈਮਰੇ ਫੁਟੇਜ ਜਿਹੜੀ ਆ ਉਹ ਚੈੱਕ ਕੀਤੀ ਜਾ ਰਹੀ ਹੈ।
कोई एक दो क्ल्यू सू मिल गए ने तो जल्दी असं चंगे सिटे पर पहुँच जावे। सर कि जगह चली है और लगी भी है किसी ने गोली? ये हैगी जी फतेह सिंह कलोनी गली नंबर 21 ए बटा 16 धर्मिंदर सिंह का मकान आ वो बहर खिलो गए मकान में मतलब टारगेट किया उन्होंने तो बहर दीवार गोलियां मारिया। कितनी गोलियां चलिया सर? तीन कि चार चलिए जी तीन शायद। नहीं ये बस सामने तफ्तीश करा फिर सामने आऊगा फिर पहला समय तो पहला कहना साढ़े वास्ते ठीक नहीं है जो तफ्तीश सामने आएगा वो विरुद्ध बनती कार्रवाई की जाएगी। बिल्कुल जी जल्द तो जल्द।